ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਪ੍ਰਭਜੋਤ, ਤੁਹਾਡਾ ਸਭ ਦਾ ਇਸ ਚੈਨਲ 'ਤੇ ਬਹੁਤ ਸਵਾਗਤ ਕਰਦਾ। ਦੋਸਤੋ, ਅੱਜ ਦੀ ਇਸ ਵੀਡੀਓ 'ਚ ਆਪਾਂ ਗੱਲ ਕਰਾਂਗੇ ਯੂਨਿਟਸ ਦੇ ਬਾਰੇ, ਡੇਟਾ ਟ੍ਰਾਂਸਫਰ ਯੂਨਿਟਸ ਜਿਹੜੇ ਹੁੰਦੇ ਨੇ, ਬਿਟਸ ਕੀ ਹੁੰਦੇ ਨੇ, ਬਾਈਟਸ ਕੀ ਹੁੰਦੇ ਨੇ, ਇਹਨਾਂ 'ਚ ਰਿਲੇਸ਼ਨ ਕੀ ਹੈ। ਸਭ ਤੋਂ ਸਮਾਲੈਸਟ ਯੂਨਿਟ ਜਿਹੜਾ ਹੁੰਦਾ ਉਹ ਹੁੰਦਾ 1 ਬਿਟ। ਬਿਟ ਕੀ ਹੁੰਦਾ? ਹੁਣ ਜਾਂ ਤਾਂ ਇਹ 0 ਹੋਊਗਾ ਜਾਂ ਫਿਰ ਇਹਦੀ ਵੈਲਿਊ ਹੋਊਗੀ 1। 0 ਅਤੇ 1 'ਚੋਂ ਇਹਨਾਂ 'ਚੋਂ ਕੋਈ ਵੀ ਇੱਕ ਵੈਲਿਊ ਹੋਊਗੀ, ਉਹਨੂੰ ਕਹਿੰਦੇ ਨੇ 1 ਬਿਟ। ਹੁਣ ਬਿਟ ਤੋਂ ਬਾਅਦ ਆ ਜਾਂਦਾ 1 ਬਾਈਟ। ਬਾਈਟ ਹੁੰਦਾ 8 ਬਿਟਸ ਦੇ ਬਰਾਬਰ। ਹੁਣ ਜਿਹੜਾ ਬਿਟ ਹੁੰਦਾ ਇਹਨੂੰ ਆਪਾਂ ਛੋਟੀ ਬੀ ਨਾਲ ਰਿਪ੍ਰਜ਼ੈਂਟ ਕਰਾਂਗੇ ਅਤੇ ਬਾਈਟ ਨੂੰ ਆਪਾਂ ਕੈਪੀਟਲ ਬੀ ਨਾਲ ਰਿਪ੍ਰਜ਼ੈਂਟ ਕਰਾਂਗੇ। ਬਿਟ ਤੋਂ ਬਾਅਦ ਵੈਸੇ ਨਿਬਲ ਵੀ ਆ ਜਾਂਦਾ, ਪਰ ਉਹਦੀ ਇੰਨੀ ਯੂਜ਼ ਨਹੀਂ ਹੁੰਦੀ। 1 ਨਿਬਲ ਹੁੰਦਾ ਹੈਗਾ 4 ਬਿਟਸ ਦੇ ਬਰਾਬਰ। ਬਾਈਟ ਤੋਂ ਆ ਗਿਆ ਆਪਣਾ ਕਿਲੋ ਬਾਈਟ। ਕਿਲੋ ਬਾਈਟ ਹੁੰਦਾ 1024 ਬਾਈਟਸ। 1024 ਬਾਈਟਸ ਨੂੰ ਕਿਲੋ ਬਾਈਟ ਕਹਿੰਦੇ ਨੇ। ਉਵੇਂ ਹੀ 1024 ਕਿਲੋ ਬਾਈਟਸ ਨੂੰ 1 MB ਕਹਿੰਦੇ ਨੇ। 1024 MB ਨੂੰ 1 GB ਕਹਿੰਦੇ ਨੇ। 1024 GB ਨੂੰ 1 TB ਕਹਿੰਦੇ ਨੇ। 1024 TB ਨੂੰ 1 PB ਕਹਿੰਦੇ ਨੇ। ਇਹ ਹੋ ਗਿਆ ਆਪਣੇ KB MB GB TB। ਹੁਣ ਇਹਨਾਂ ਤੋਂ ਬਾਅਦ ਆ ਗਈ ਇੱਕ ਇੰਪੋਰਟੈਂਟ ਗੱਲ, ਜਿਹਦੇ ਨਾਲ ਕਈ ਕੰਪਨੀਜ਼ ਆਪਾਂ ਨੂੰ ਬੇਵਕੂਫ ਬਣਾਉਣ ਦੀ ਕੋਸ਼ਿਸ਼ ਕਰਦੀਆਂ ਨੇ। ਜਿਹਦੇ ਬਾਰੇ ਆਪਾਂ ਨੂੰ ਪ੍ਰੋਪਰ ਨੌਲੇਜ ਨਹੀਂ ਹੋਊਗੀ ਤਾਂ ਉਹ ਆਪਾਂ ਨੂੰ ਬੁੱਧੂ ਬਣਾ ਸਕਦੀਆਂ ਨੇ। ਜਿਵੇਂ ਆਪਾਂ ਪਿੱਛੇ ਗੱਲ ਕਰੀ ਸੀ ਕਿ 8 ਬਿਟਸ ਦਾ 1 ਬਾਈਟ ਬਣਦਾ, ਉਵੇਂ ਜੇ ਆਪਾਂ 8 KB/s ਨੂੰ ਕਨਵਰਟ ਕਰੀਏ ਤਾਂ ਉਹ ਬਣ ਜੂਗਾ 1 KB/s। ਤੋਂ ਵੀ 8 MB/s ਹੁੰਦਾ 1 MB/s। ਹੁਣ ਇਹ ਛੋਟੀ ਬੀ ਵਾਲਾ ਹੁੰਦਾ ਬਿਟ ਅਤੇ ਕੈਪੀਟਲ ਬੀ ਵਾਲਾ ਹੁੰਦਾ ਬਾਈਟ। 8 ਗੁਣਾ ਦਾ ਫਰਕ ਹੈ ਇਹਨਾਂ ਦੋਨਾਂ 'ਚ। 1 MB ਜਿਹੜਾ ਹੋਊਗਾ ਉਹ 8 MB ਦੇ ਬਰਾਬਰ ਹੋਊਗਾ। ਹੁਣ ਇਹ ਚੀਜ਼ ਦਾ ਫਾਇਦਾ ਚੱਕਦੀਆਂ ਨੇ ਕੰਪਨੀਆਂ। ਉਹਨਾਂ ਨੇ ਐਡ 'ਚ ਦਿੱਤਾ ਹੁੰਦਾ 2 MBPS ਡਾਊਨਲੋਡ ਸਪੀਡ, 4 MBPS ਡਾਊਨਲੋਡ ਸਪੀਡ, 8 MBPS ਡਾਊਨਲੋਡ ਸਪੀਡ। ਹੁਣ ਉਹਨਾਂ ਦਾ ਜਿਹੜਾ 8 MBPS ਜਿਹੜਾ ਉਹਨਾਂ ਨੇ ਦਿੱਤਾ ਹੁੰਦਾ ਉਹ ਆਹ ਵਾਲਾ ਹੁੰਦਾ, MB ਛੋਟੀ ਬੀ ਵਾਲਾ। ਇਹਦਾ ਮਤਲਬ ਹੁੰਦਾ 8 MB/s। ਪਰ ਜਦੋਂ ਐਕਚੁਅਲ 'ਚ ਜਿਹੜੀ ਸਪੀਡ ਮਿਲਦੀ ਹੈ ਆਪਾਂ ਤਾਂ ਇਹਨੂੰ ਹੀ ਕੰਸੀਡਰ ਕਰਾਂਗੇ, ਉਹ ਬਣ ਜਾਂਦੀ ਹੈ 1 MB/s। ਹੁਣ 8 ਗੁਣਾ ਦਾ ਫਰਕ ਪੈ ਗਿਆ। ਆਪਾਂ ਨੂੰ ਲੱਗਦਾ ਕਿ ਯਾਰ ਬਹੁਤ ਜ਼ਿਆਦਾ ਸਪੀਡ ਹੈ, ਪਰ ਸਪੀਡ ਐਕਚੁਅਲ 'ਚ ਆਪਾਂ ਨੂੰ ਮਿਲਣੀ ਇੰਨੀ ਹੈ 1 MB/s ਦੀ। ਹੁਣ ਜੇ ਉਹਨਾਂ ਨੇ ਕਿਹਾ 2 MBPS ਤਾਂ ਉਹਦਾ ਮਤਲਬ ਹੋ ਜੂਗਾ 2 MB/s, ਮਤਲਬ ਕਿ ਉਹ ਆਪਣਾ ਬਣ ਜੂਗਾ 256 KBPS ਬਣ ਜੂਗਾ। ਉਹ 256 KBPS ਦੀ ਸਪੀਡ ਰਹਿ ਜੂਗੀ 2 MBPS ਉਹਨਾਂ ਲਈ। ਇਹ ਇੱਕ ਬੇਸਿਕ ਜਿਹਾ ਕੰਸੈਪਟ ਹੈ ਜਿਹੜਾ ਕਿ ਹਰ ਯੂਜ਼ਰ ਦੇ, ਕੰਜ਼ਿਊਮਰ ਦੇ ਧਿਆਨ ਵਿੱਚ ਹੋਣਾ ਚਾਹੀਦਾ ਹੈ। ਦੋਸਤੋ, ਮੈਂ ਉਮੀਦ ਕਰਦਾ ਕਿ ਤੁਹਾਨੂੰ ਅੱਜ ਦਾ ਵੀਡੀਓ ਪਸੰਦ ਆਇਆ ਹੋਊਗਾ। ਜੇਕਰ ਤੁਹਾਡਾ ਕੋਈ ਸੁਝਾਅ ਜਾਂ ਸਵਾਲ ਹੈ ਤਾਂ ਤੁਸੀਂ ਹੇਠਾਂ ਕਮੈਂਟ ਬਾਕਸ 'ਚ ਮੇਰੇ ਤੋਂ ਪੁੱਛ ਸਕਦੇ ਹੋ। ਵੀਡੀਓ ਦੇਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਦੋਸਤੋ ਅਗਲੇ ਵੀਡੀਓ 'ਚ, ਤਦ ਤੱਕ ਦੇ ਲਈ ਰੱਬ ਰਾਖਾ।